ਗਾਇ ਥੋੜਾ ਸਾ ਤਾਂ ਮੇਰੇ ਖੋਲ ਰੱਖਦਾ ਕਿ ਮੈਂ ਤੇ ਸਾਰੇ ਵਧੀਆ ਹੋ ਗਏ ਬਾਬੇ ਤੁਹਾਨੂੰ ਜਿਵੇਂ ਪਤਾ ਹੀ ਸੀਗਾ ਅੱਜ ਤੋਂ ਮੈਂ ਕਿਹੜਾ ਕਰਨੀ ਆ ਡੇਲੀ ਐਕਸਰਸਾਈਜ਼ ਹੋਇਆ ਮੈਂ ਉੱਠ ਗਿਆ ਸਵੇਰ ਦੇ ਵਜੇ ਹੋਏ ਨੇ 6 ਫਿਰ ਅੱਜ ਫਿਰ ਨਹੀਂ ਮੈਂ ਤਾਂ 5 ਵਜੇ ਉੱਠਿਆ ਗਿਆ ਮਤਲਬ ਮੈਂ ਕਿਹਾ ਸੀ ਮੰਮੀ ਨੂੰ ਮੰਮੀ ਨੇ ਉਠਾਤਾ ਅਤੇ ਮੈਂ ਕਿਹਾ ਇਹਦਾ ਉੱਠਿਆ ਨਹੀਂ ਗਿਆ ਮੈਂ ਬੜੀ ਨੀਂਦ ਆਈ ਮੈਂ ਵਾਪਸ ਹੋ ਗਿਆ ਅਤੇ ਵੇਖੋ ਆ ਬੇਬੇ ਬਾਈ ਗਾਇਸ ਟਾਈਮ ਹੈਗਾ ਏ ਅੰਦਰ ਵੇਖੋ ਗਾਇਸ 6:05 ਰਹਿ ਗਏ 7:06 ਵੱਜਣ 'ਚ ਅਤੇ ਗਾ ਵੇਖੋ ਆਏਗਾ ਹੈਲਦੀ ਪਲੇਅਰ ਆ ਵੇਖੋ ਗਾਇਸ 366789 ਹੋ ਗਈ ਆ ਦੇਖੋ 2 ਐਮ ਦੀ ਸਪੀਡ ਆਉਂਦੀ ਪਈ ਆ ਅਤੇ ਇੰਨੇ ਸਕਿੰਟ 'ਚ ਹੋ ਜੂਗੀ ਅਤੇ ਗਾਇਸ ਇਹ ਕੀਤੀ ਹੋਈ ਆ ਕਨੈਕਟ ਫਰੀ ਦੇ ਨੈੱਟ ਨਾਲ ਸੋ ਸਿਮ ਦੱਸਿਓ ਠੀਕ ਹੈ ਜਿੰਨਾ ਸਿਮ 'ਚ 12 ਵਜੇ ਤੋਂ ਲੈ ਕੇ 6 ਵਜੇ ਤੱਕ ਫਰੀ ਇੰਟਰਨੈਟ ਐਸ਼ ਦੀ ਸਿਮ ਬਸ ਵੇਖੋ 2 ਐਮ ਸਪੀਡ ਹੋ ਗਈ ਪਈ ਆ ਬਸ ਤਾਂ ਵੇਖੋ 58 ਹੋ ਚੁੱਕੇ ਨੇ ਹੋ ਗਈ ਇਹ ਗੈਸ ਚਲੋ ਚੱਲਦੇ ਹਾਂ ਲੈ ਕੇ ਮੈਟ ਜਾ ਗੈਸ ਤਾਂ ਵੇਖੋ ਮਸੇ ਮੈਨੂੰ ਸਕਿਪਿੰਗ ਰੋਡ ਮਿਲੀ ਲਾਈਟਾਂ ਜਗਾ ਜਗਾ ਕੇ ਸਿਆ ਆ ਰਹੀ ਸਕਿਪਿੰਗ ਰੋਡ ਥੋੜ੍ਹੇ ਯਾਰ ਅੱਜ ਕੱਲ੍ਹ ਚੱਪਲੀ ਗਈ ਲੋ ਬਾਈ ਆ ਗਈ ਰਿਸ਼ਤਾ ਚਲ ਮੈਂ ਕਰਨ ਲੱਗਦਾ ਹੈ ਪਹਿਲਾਂ ਸਾਡੇ ਪਿੰਡ ਵਾਲਾ ਗੁਰਦੁਆਰਾ ਵੇਖ ਲਵੋ ਹੋ ਰਿਹਾ ਸਾਰੇ ਚੁਲੇਰੇ ਨੂੰ ਲੈ ਜਾਂਦੇ ਵਾਪਸ ਸਿੱਧਾ ਹੀ ਪਹੁੰਚ ਜਾਣਗੇ ਬੰਦ ਕਰ ਦੇਖੋ ਬਾਬਾ ਤਾਂ ਰਿਹਾ ਵੇਖਿਆ ਤਾਂ ਰੈਸਲਿੰਗ ਬਾਬੇ ਨੂੰ ਕੰਮ ਤਾਂ ਹੈ ਨੀ ਜੋਨ ਸਣਾ ਵੇਖੀ ਜਾਂਦਾ ਬਾਬੇ ਰੋਟੀ ਖਾਈ ਨਾ ਜਾਣੇ ਰੈਸਲਿੰਗ ਬਣਾਉਣ ਲੱਗਾ ਫ੍ਰੈਂਚ ਫਰਾਈਜ਼ ਸੂ ਵੇਖੋ ਮੰਮੀ ਬਣਾਈ ਜਾਂਦੀ ਫ੍ਰੈਂਚ ਫਰਾਈਜ਼ ਸੋ ਆ ਰਹੇ ਤੇ ਗਾਈਸ ਆ ਵੇਖੋ ਆ ਯਾਰ ਇਕੱਠੇ ਹੋਈ ਜਾਂਦੇ ਪਤਾ ਨਹੀਂ ਕਾਹਤੋਂ ਮੈਂ ਦੂਸਰੇ ਸਟਾਈਲ ਨਾਲ ਬਣਾਉਣਾ ਇਹ ਦੂਸਰੇ ਇਹਦੇ ਬੇਸਰ ਨਾਲ ਬਣਾਏ ਮੈਂ ਸਿੰਪਲ ਬਣਾ ਲੈਂਦਾ ਹੈ ਵੀ ਸਵਾਦ ਆ ਕਰ ਚੁੱਪ ਹੀ ਲੈ ਆਇਆ ਇਹ ਤਾਂ ਪਾਪ ਕਰੀ ਜਾਂਦਾ ਯਾਰ 6 ਵੱਜ ਗਏ ਨੇ ਠੀਕ ਹੈ ਤੇ ਯਾਰ ਆ ਵੇਖੋ ਕਿੰਨੇ ਵੱਡੇ ਵੱਡੇ ਵਾਲ ਹੋਏ ਨੇ ਕਿੱਥੋਂ ਕਿੱਥੋਂ ਤੱਕ ਆਉਂਦੇ ਪਏ ਵਾਲ ਤਾਂ ਵੇਖੋ ਜਮੀਨ ਸ਼ੈਡ ਹੋ ਗੰਦੇ ਜੇ ਵਾਲ ਹੋਏ ਸੋ ਗਾਈਸ ਯਾਰ ਚਲ ਮੈਂ ਕਟਾਉਣ ਚੱਲਦਾ ਵਾਲ ਗਾਈਸ ਤਾਂ ਵੇਖੋ ਵਾਲ ਕਟਾ ਲਏ ਨੇ ਮੈਂ ਤੁਸੀਂ ਲਾਈਕ ਸਬਸਕ੍ਰਾਈਬ ਕਰ ਦਿਓ ਹੁਣ ਵਧੀਆ ਲੱਗਦਾ ਮੈਨੂੰ ਬਾਬਾ ਝਾਟਾ ਜਿਹਾ ਹੋ ਗਿਆ ਸੀ ਪਹਿਲਾਂ ਚਲੋ ਹੁਣ ਹੁਣ ਚੱਲਦਾ ਗਾਈਸ ਤਾਂ ਬੇਬੇ ਤਾਰੀ ਤੇ ਗਾਈਸ ਫਿਰ ਚਲੋ ਕਰਦਾ ਵਲੋਗ ਨੂੰ ਐਂਡ ਗਾਈਸ ਫਿਰ ਅੱਜ ਨੂੰ ਕਿਉਂ ਮਿਲਦੇ ਖੋਨੇ ਗੈਡ ਬਾਏ We'll be right back.